ਕਿ ਜਿਹੜੇ ਚੀਫ ਮਿਨਿਸਟਰ ਸਾਹਿਬ ਅਤੇ ਉਹਨਾਂ ਦੇ ਪੁੱਤਰ ਤੇ ਉਹਨਾਂ ਦਾ ਸਰਕਾਰ ਦਾ ਸਾਲਾ ਸਾਰੇ ਵੱਡੇ ਵੱਡੇ ਇਸ਼ਤਿਹਾਰ ਲਾ ਕੇ ਕਰੋੜਾਂ ਅਰਬਾਂ ਰੁਪਏ ਪੰਜਾਬ ਦੇ ਪ੍ਰਾਪਤ ਖੁਰਦ ਕਰਕੇ ਦੇ ਵਾਂਟ ਟੂ ਹਾਈਲਾਈਟ ਦੀ ਟਰਾਈਂਗ ਟੂ ਮੇਕ ਐਜ਼ ਅ ਪੰਜਾਬ ਇਸ ਨੰਬਰ 1 ਸਟੇਟ ਆਫ ਇੰਡੀਆ ਇਨ ਆਲ ਸਪੇਸ ਇਟ ਇਜ਼ ਐਬਸੋਲੂਟਲੀ ਰੋਂਗ ਜੇ ਸੂਬੇ ਵਿੱਚ ਜਿੱਥੋਂ ਦੇ ਬਸ਼ਿੰਦਿਆਂ ਨੂੰ ਇਨਸਾਫ ਨਾ ਮਿਲਦਾ ਹੋਵੇ ਉਹ ਸੂਬੇ ਦੀ ਜਿੱਥੇ ਮਨੁੱਖਤਾ ਦੀ ਕਦਰ ਨਹੀਂ ਹੈ ਜਿੱਥੇ ਹਿਊਮਨ ਬੀਇੰਗ ਦੀ ਸਿਟੀਜ਼ਨ ਦੀ ਕੋਈ ਕਦਰ ਕੀਮਤ ਨਹੀਂ ਉਹਦਾ ਉਹਦੀ ਕੋਈ ਅਚੀਵਮੈਂਟ ਵੀ ਕਿਸੇ ਤਰ੍ਹਾਂ ਦੀ ਅਸੀਂ ਮੰਨਣ ਨੂੰ ਤਿਆਰ ਨਹੀਂ ਇਹਨਾਂ ਦੀ ਜੋ ਕੁਛ ਕਰ ਰਹੇ ਨੇ ਮਹਿਸਟਰ ਆ ਮੇਰੇ ਲੈਫਟ ਤੇ ਬੀਬੀ ਬਲਵਿੰਦਰ ਕੌਰ ਜੀ ਨੇ ਵਿਰਕ ਇਹ ਕੈਲੀਫੋਰਨੀਆ ਤੋਂ ਐਨ ਆਰ ਆਈ ਨੇ ਸ਼ੀ ਵਾਜ ਚੀਟਡ ਬਾਏ ਵਨ ਰਾਗੀ ਜੱਥਾ ਦੈਟ ਵਾਜ ਵਿਜ਼ਿਟਿੰਗ ਯੂ ਐਸ ਏ ਬੈਕ ਇਨ 2004 ਇਹ ਮੇਰੇ ਜ਼ਿਲ੍ਹੇ ਕਪੂਰਥਲੇ ਨੂੰ ਬਿਲੋਂਗ ਕਰਦੇ ਨੇ ਬਲਕਿ ਮੇਰੀ ਕੰਸਟੀਟਿਊਸ਼ਨ ਦਾ ਬਹੁਤ ਨੇੜ ਦਾ ਸਬੰਧ ਹੈ ਤੋ ਇਹਨਾਂ ਨੇ $20,000 ਕੋਈ ਠੱਗ ਕੇ ਲਿਆਂਦਾ ਕਿਸੇ ਨੇ ਬਾਹਰ ਜਿਹੜੇ ਆਪਣੇ ਜਾਂਦੇ ਨੇ ਆਹ ਧਰਮ ਪ੍ਰਚਾਰ ਵਾਲੇ ਆਈ ਐਮ ਨੋਟ ਸ਼ੋਰ ਵੈਦਰ ਦੇ ਆਰ ਕਨੈਕਟਡ ਵਿਦ ਐਸਜੀਪੀਸੀ ਦੇ ਮੇ ਬੀ ਦੈਟ ਇਹ ਤੁਹਾਨੂੰ ਜ਼ਿਆਦਾ ਦੱਸ ਸਕਣਗੇ ਤਾਂ ਉਹਦੇ ਚ ਉਹ $20,000 ਲਈ ਇਨਸਾਫ਼ ਮੰਗਣ ਲਈ ਜਦੋਂ ਹਿੰਦੁਸਤਾਨ ਆਏ ਕਿਸੇ ਨੇ ਇਹਨਾਂ ਦੀ ਗੁਹਾਰ ਨਹੀਂ ਸੁਣੀ ਦੇ ਆਰ ਬੀਨ ਰਨਿੰਗ ਫਰੋਮ ਪਿੱਲਰ ਟੂ ਪੋਸਟ ਸਿੰਸ ਦੈਨ ਤੁਹਾਨੂੰ ਮੈਂ ਹਾਈ ਕੋਰਟ ਜਾ ਕੇ ਇਨਸਾਫ਼ ਦਵਾਉਂਗਾ ਔਰ ਹਾਈ ਕੋਰਟ ਇਹਨਾਂ ਨੂੰ ਲੈ ਗਿਆ ਇੱਕ ਬਹੁਤ ਪ੍ਰੋਫੈਸ਼ਨਲ ਚੀਟ ਲਾਇਰ ਜਿਹੜਾ ਐਸਜੀਪੀਸੀ ਵਾਲਾ ਕੋ ਮੁਲਾਜ਼ਮ ਸੀਗਾ ਲਖਵਿੰਦਰ ਸਿੰਘ ਹੀ ਇੰਟਰੋਡਿਊਸ ਟੂ ਦੈਮ ਟੂ ਦਾ ਲਾਇਰ ਲਾਇਰ ਨੇ ਕੀ ਕੀਤਾ ਇਸੇ ਕਿ ਇਹਨਾਂ ਕਾਗਜ਼ਾਂ ਦੇ ਵਿੱਚ ਜਾਓਗੇ ਕੋਈ ਨੈਕਸਟਰ ਵਿੱਚ ਇੱਕ ਕਾਗਜ਼ ਤੁਹਾਨੂੰ ਮਿਲੂਗਾ ਚੰਦਰਸ਼ੇਖਰ ਉਹ ਵਕੀਲ ਆ ਚੰਦਰਸ਼ੇਖਰ ਵਕੀਲ ਨੇ ਇਹਨਾਂ ਤੋਂ 13 ਲੱਖ ਰੁਪਇਆ ਹੋਰ ਲੁੱਟਿਆ ਬਿਹਾਫ ਆਫ ਦੀ ਜੱਜਸ ਆਫ ਦੀ ਹਾਈ ਕੋਰਟ ਦੇਖੋ ਚੀਟੇ ਕਿੱਦਾਂ ਦੀ ਕਰਦੇ ਨੇ ਵਿਚਾਰੇ ਜਿਹੜੇ ਲੋਕ ਨੇ ਆਪਣੇ ਪਿੰਡਾਂ ਦੇ ਜਾਂ ਚਲੋ ਐਨਆਰਆਈ ਦੇ ਨੋਟ ਅਵੇਅਰ ਆਫ ਦਾ ਲਾਅ ਸੁਣਾਤੀ ਹਾਲਾਂਕਿ ਕਿਸੇ ਇੰਡੀਵਿਜੁਅਲ ਦਾ ਕੇਸ ਕਿਸੇ ਪੈਸੇ ਲੈਣੇ ਕਿਸੇ ਡਰਾਡੀ ਜੱਥੇ ਤੋਂ ਉਹਨੇ ਮਤਲਬ ਇਹਨਾਂ ਕੋਲ ਅਮਰੀਕਾ ਤੋਂ ਪੈਸੇ ਲੈਣ ਦੇ ਕਿ ਮੈਂ ਤੁਹਾਡੇ ਲਈ ਪ੍ਰੋਪਰਟੀ ਪਲੋਟਸ ਲੈਣੇ ਲੈ ਲਿਆ ਆਪਣੇ ਨਾਮ ਤੇ ਇਹਨਾਂ ਨੂੰ ਕਹਿਤਾ ਜਿੱਥੇ ਬੜੇ ਲਾਅ ਬੜੇ ਸਟ੍ਰਿਕਟ ਨੇ ਤੁਸੀਂ ਗਿਫਟ ਕਰ ਦਿਓ ਮੈਨੂੰ ਪੈਸੇ ਇਹਨਾਂ ਤੋਂ ਗਿਫਟ ਕਰਾ ਲਏ ਪਲੋਟ ਆਪਣੇ ਨਾਮ ਤੇ ਲੈ ਲਏ ਤੇ ਉਹਦੀ ਜਦੋਂ ਫਿਰ ਹਾਈ ਕੋਰਟ ਵਿੱਚ ਗੱਲ ਕੀਤੀ ਉਹਨੇ ਕੀਤਾ ਉਹਨੇ ਪਬਲਿਕ ਇੰਟਰਸਟ ਲਿਟੀਗੇਸ਼ਨ ਕਰ ਹੁਣ ਪਬਲਿਕ ਇੰਟਰਸਟ ਲਿਟੀਗੇਸ਼ਨ ਦਾ ਡਿਸਪੋਜ਼ ਆਫ ਵੀ ਹੋਣੀ ਸੀ ਪੰਜਾਬ ਦੇ ਵਿੱਚ ਕਿ ਈਵਨ ਜੱਜਾਂ ਦੇ ਨਾਮ ਦੇ ਉੱਤੇ ਵੀ ਲੁੱਟ ਕੋ ਸੁੱਟ ਕੀਤੀ ਜਾ ਰਹੀ ਇਹ ਵਕੀਲ ਤਾਂ ਚੰਡੀਗੜ੍ਹ ਦਾ ਹਾਈ ਕੋਰਟ ਦਾ ਬਟ ਹੀ ਕੇਮ ਪੈਸੇ ਹਮੇਸ਼ਾ ਆਣ ਕੇ ਅੰਮ੍ਰਿਤਸਰ 2 ਮਿੰਟ ਤੇ 6 ਲੱਖ ਰੁਪਇਆ ਕਿਹਾ ਕਿ ਮੈਂ CBI ਨੂੰ ਤੇ ਵਿਜੀਲੈਂਸ ਨੂੰ ਮੈਨੇਜ ਕਰਨਾ ਵਾ ਪੰਜਾਬ ਦੀ ਨੂੰ ਤੇ ਉਹਨਾਂ ਨੇ ਤੁਹਾਡੇ ਪੈਸੇ ਰਿਕਵਰ ਕਰਾ ਕੇ ਦੇਣੇ ਆ ਤੇ ਅਸੀਂ ਉਹਨੂੰ ਮੈਨੇਜ ਕਰਨਾ ਵਾ ਤੇ 13 ਦੇ ਵੈਂਟਡ ਫੋਰ ਅਨਦਰ ਬ੍ਰਿਜ ਉਹ ਤੁਹਾਡੇ ਕਿਸੇ ਹੋਰ ਵਕੀਲ ਨੇ ਕਹੀ ਸੀ ਕਿ ਇਸੇ ਨੇ ਕਰੀ ਸੀ ਜਿਹੜੀ MMS ਬਿੰਦੀ ਨੇ ਕਿਹਾ ਕਿ 3 ਮਹੀਨੇ ਪੋਸੀਬਲੀ 154 ਔਰ ਸਮਥਿੰਗ ਤੇ ਤੁਸੀਂ ਹਾਈ ਕੋਰਟ ਨੂੰ ਇਹਨਾਂ ਨੂੰ ਇਨਕੁਆਇਰੀ ਦੇ ਵਿੱਚ ਸ਼ਾਮਲ ਕਰੋ ਤੇ ਇਹਨਾਂ ਨੂੰ ਇਨਕੁਆਇਰੀ ਸ਼ਾਮਲ ਕਰਕੇ ਤੇ ਤੁਸੀਂ 3 ਮਹੀਨਿਆਂ ਦੇ ਵਿੱਚ ਇਹ ਰਿਪੋਰਟ ਦਿਓ ਕਿ ਹੂਜ਼ ਦ ਕਲਪ੍ਰਿਟ ਹੁਣ ਪੁਲਿਸ ਇੱਡੀ ਹੁਸ਼ਿਆਰ ਹੈ ਜਿਹੜੇ ਆਦਮੀ ਨੇ $20,000 ਇਹਨਾਂ ਕੋਲ ਲੁੱਟ ਕੇ ਲਿਆਂਦਾ ਸੀ ਜਿਹਨੇ ਪ੍ਰੋਪਰਟੀ ਬਣਾ ਲਈ ਸੀ ਉਹਨੇ ਪ੍ਰੋਪਰਟੀ ਐਪਰੀਸ਼ੀਏਟ ਵੀ ਹੋ ਗਈ ਸੀ ਕੈਨ ਈਜ਼ਲੀ ਕੀਪ ਔਨ ਗਿਵਿੰਗ ਮਨੀ ਟੂ ਵੇਰੀਅਸ ਏਜੰਸੀ ਜਿਹੜੇ ਵੀ ਕਿਸੇ ਕਮਿਸ਼ਨਰ ਨੇ ਕਮਿਸ਼ਨਰ ਪੁਲਿਸ ਨੇ ਡਿਪਟੀ ਕਮਿਸ਼ਨਰ ਨੇ ਲਾਤੀ ਡਿਊਟੀ ਕਿਸੇ DSP ਉਸ DSP ਨੇ ਵਨ ਸਾਈਡਡ ਇਨਕੁਆਇਰੀ ਇੱਕ ਸਫ਼ੇ ਦੀ ਸਿਰਫ ਰਿਪੋਰਟ ਦਿੱਤੀ ਉਹਨੇ ਕਿਹਾ ਕਿ ਮੈਂ ਬੜੀ ਕੋਸ਼ਿਸ਼ ਕੀਤੀ ਇਹ ਹੈ ਨਹੀਂ ਲੱਭੇ ਮੈਨੂੰ ਇਸ ਕਰਕੇ ਜਿਹੜਾ ਕਿਸ਼ਨ ਸਿੰਘ ਜਾਂ ਕ੍ਰਿਸ਼ਨ ਸਿੰਘ ਜਿਹੜਾ ਰਾਗੀ ਸੀਗਾ
he is found to be true. But where is the police? Where is the system? ਇਹ ਮੈਂ ਤੁਹਾਨੂੰ ਤਾਂ ਇਹ ਰਿਕੁਐਸਟ ਕੀਤੀ ਕਿ ਕਈ ਵਾਰੀ ਆਪਾਂ ਇਗਨੋਰ ਕਰ ਦਿੰਦੇ ਹਾਂ ਵੀ ਚਲੋ ਜੀ ਇੱਕ ਕੇਸ ਹੈ ਜਿਸ ਦਾ ਹੁੰਦਾ ਵਾ ਪੰਜਾਬ, ਪਰ ਦਿਸ ਇਜ਼ ਵੈਰੀ ਵੈਰੀ ਸ਼ੇਮਫੁਲ। ਔਰ ਇਹਦੇ ਨਾਲ ਕੀ ਐਨ ਆਰ ਆਈ ਜੀ ਮੈਂ ਚੀਫ ਮਿਨਿਸਟਰ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਤੋਂ ਅੱਗੇ ਤੂੰ ਗੱਲ ਰਹਿ ਜਾਂਦੀ ਹੈ ਜੇ ਤੁਹਾਡੇ ਐਸ ਜੀ ਪੀ ਸੀ ਦੇ ਇੰਪਲੋਈਜ਼ ਠੱਗੀ ਮਾਰ ਰਹੇ ਆ, ਜਿਹੜੇ ਜੱਥੇ ਦੇ ਤੁਰੇ ਫਿਰਦੇ ਠੱਗੀ ਮਾਰ ਰਹੇ ਆ, ਪੁਲਿਸ ਸੁਣਦੀ ਕਿਸੇ ਦੀ ਨੀ, ਡੀ ਐਸ ਪੀ ਕਹਿੰਦਾ ਉਹ ਡੀ ਐਸ ਪੀ ਦੀ ਇੰਕੁਆਇਰੀ ਵੀ ਮੈਂ ਤੁਹਾਨੂੰ ਪੜ੍ਹਾ ਦਿੰਦਾ ਲਾਈਫ ਦੇ ਵਿੱਚ।